ਪਾਇਰਨ ਸਤਿਕਾਰਯੋਗ ਸਾਧ ਸੰਗਤ ਜੀ ਸਾਰੇ ਹੀ ਆਪਣੀ ਰਸਨਾ ਪਵਿੱਤਰ ਕਰ ਲਈਏ ਤੇ ਆਖੀਏ ਤਾਨ ਸ੍ਰੀ ਸਾਧਗੁਰੂ ਜਗਜੀਤ ਸਿੰਘ ਜੀ ਵਟਮਨ ਸਾਈਗੁਰ ਜੀ ਦਾ ਨਾਮ ਰਸਨਾ ਤੇ ਲਿਆਈਏ ਤੇ ਆਖੀਏ ਤਾਨ ਸ੍ਰੀ ਸਾਧਗੁਰੂ ਉਦਈ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਸਰਲੇਖ ਹੈ ਚੋਜੀ ਪ੍ਰੀਤਮ ਸਾਧਗੁਰੂ ਜਗਜੀਤ ਸਿੰਘ ਜੀ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਸਰਗੁਰ ਜੀ ਆਪਣੇ ਪਿਆਰਿਆਂ ਨਾਲ ਕਈ ਚੋਜ ਕਰਦੇ ਹਨ ਭਗਵਾਨ ਕ੍ਰਿਸ਼ਨ ਜੀ ਗੋਪੀਆਂ ਦਾ ਮੱਖਣ ਚੁਰਾ ਕੇ ਖਾ ਲੈਂਦੇ ਸਨ ਗੋਪੀਆਂ ਮਾਤਾ ਯਸ਼ੋਦਾ ਨੂੰ ਸ਼ਿਕਾਇਤ ਕਰਦੀਆਂ ਇੱਕ ਦਿਨ ਮਾਤਾ ਯਸ਼ੋਦਾ ਕ੍ਰਿਸ਼ਨ ਜੀ ਨੂੰ ਬੜਾ ਗੁੱਸੇ ਹੋਈ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਮੈਂ ਮੱਖਣ ਚੋਰੀ ਨਹੀਂ ਕੀਤਾ ਮਾਤਾ ਨੇ ਕਿਹਾ ਕਿ ਮੂੰਹ ਖੋਲ ਕੇ ਵਿਖਾਓ ਜਦੋਂ ਉਹਨਾਂ ਨੇ ਮੂੰਹ ਖੋਲ ਕੇ ਵਿਖਾਇਆ ਤਾ ਆਪਣੀ ਮੂਹ ਵਿੱਚ 3 ਲੋਕੀ ਦੇ ਦਰਸ਼ਨ ਕਰਾ ਦਿੱਤੇ ਇਸ ਤਰ੍ਹਾਂ ਦੱਸ ਦਿੱਤਾ ਕਿ ਮੈਂ ਸਾਰੀ 3 ਲੋਕੀ ਦਾ ਮਾਲਕ ਹਾਂ ਮਾਤਾ ਹੈਰਾਨ ਹੀ ਰਹਿ ਗਈ ਅਤੇ ਕ੍ਰਿਸ਼ਨ ਜੀ ਨੂੰ ਗਲੇ ਨਾਲ ਲਗਾ ਲਿਆ ਪਰ ਭਗਵਾਨ ਨੇ ਫਿਰ ਐਸੀ ਮਾਇਆ ਪਾ ਦਿੱਤੀ ਕਿ ਉਹ ਫਿਰ ਕ੍ਰਿਸ਼ਨ ਜੀ ਨੂੰ ਆਪਣਾ ਪੁੱਤਰ ਹੀ ਸਮਝਣ ਲੱਗ ਪਈ ਉਹ ਗੋਪੀਆਂ ਵੀ ਤਾਂ ਸਨ ਜਿਨ੍ਹਾਂ ਨਾਲ ਭਗਵਾਨ ਕ੍ਰਿਸ਼ਨ ਜੀ ਖੇਡਾਂ ਕਰਿਆ ਕਰਦੇ ਸਨ ਭਗਵਾਨ ਕ੍ਰਿਸ਼ਨ ਜੀ ਦੇ ਸਾਕਿਆtautau ਸਤਿਗੁਰ ਜਗਜੀਤ ਸਿੰਘ ਜੀ ਦੀ ਇੱਕ ਸਾਕੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਗੋਪੀ ਰੂਪੀ ਇੱਕ ਵੱਡੇ ਭਾਗਾਵਾਂ ਵਾਲੀ ਬੀਬੀ ਜੀ ਦੀ ਲਿਆਂਦੀ ਹੋਈ ਮਠਿਆਈ ਉਹਨਾਂ ਕੋਲੋਂ ਚੋਰੀ ਕੱਢ ਲਈ ਅਤੇ ਫਿਰ ਪਤਾ ਲੱਗਣ ਤੇ ਉਹ ਬੀਬੀ ਜੀ ਵੈਰਾਗੀ ਹੋ ਗਏ। ਕਾਫੀ ਸਾਲ ਪਹਿਲਾਂ ਪਿੰਡ ਅਮਰਾਸਰ ਹਰਿਆਣਾ ਵਿੱਚ ਹੋਲਾ ਹੋਇਆ। ਰਵਾਲਸਰ ਰਹਿਣ ਵਾਲੇ ਇੱਕ ਬੀਬੀ ਮਸਤਾਨੀ ਸੇਵਾਕੌਰ ਜੀ ਨੇ ਹੋਲੇ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਬੜੀ ਸ਼ਰਦਾ ਨਾਲ ਆਪਣੇ ਸਤਿਗੁਰ ਪਿਆਰੇ ਵਾਸਤੇ ਸੋਧ ਦੀਆਂ ਮਠਿਆਈਆਂ ਤਿਆਰ ਕੀਤੀਆਂ। ਉਹਨਾਂ ਨੇ ਜਲੇਬੀਆਂ, ਬਰਫੀ, ਸ਼ੱਕਰਪਾਰੇ ਅਤੇ ਬਾਲੂ ਸ਼ਾਈ ਤਿਆਰ ਕੀਤੀ। ਉਹਨਾਂ ਨੇ ਇੱਕ ਚਾਰ ਖਾਨਿਆਂ ਵਾਲੀ ਲੱਕੜ ਦੀ ਪੇਟੀ ਬਣਵਾਈ। ਹਰ ਖਾਨੇ ਵਿੱਚ ਇੱਕ-ਇੱਕ ਮਠਿਆਈ ਰੱਖ ਕੇ ਪੇਟੀ ਨੂੰ ਜੰਦਰਾ ਮਾਰ ਦਿੱਤਾ। ਉਹ ਮਾਨੀ ਮਾਨਵੀ ਬੜੇ ਖੁਸ਼ ਸਨ ਕਿ ਮੇਰੇ ਪਿਆਰੇ ਸਤਗੁਰੂ ਜੀ ਮੇਰੀਆਂ ਬਣਾਈਆਂ ਮਠਿਆਈਆਂ ਚੱਕਣਗੇ। ਉਹ ਰਵਾਲਸਰ ਤੋਂ ਬਾਅਸਤੇ ਬੈਠ ਕੇ ਸ਼ਾਮ ਵੇਲੇ ਸ੍ਰੀ ਰਿਪੇਂਜਾਹ ਪਹੁੰਚੇ। ਉਸ ਸਮੇਂ 사ਤਗੁਰੂ ਜੀ ਤਾਂ ਉੱਥੇ ਨਹੀਂ ਸਨ। ਉਹਨਾਂ ਨੂੰ ਮਹਾਰਾਜ ਵੀਰ ਸਿੰਘ ਜੀ ਦੇ ਦਰਸ਼ਨ ਹੋਏ। ਉਹਨਾਂ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਅਤੇ ਮਠਿਆਈ ਕੱਢ ਕੇ ਮਹਾਰਾਜ ਜੀ ਨੂੰ ਅਰਜ਼ ਕੀਤੀ ਕਿ ਥੋੜੀ ਜਿਹੀ ਛੱਕ ਲਵੋ। ਉਹਨਾਂ ਨੇ ਜਵਾਬ ਦਿੱਤਾ ਕਿ ਇਸ ਮਠਿਆਈ ਨੂੰ ਪਹਿਲਾਂ ਸਰਗੁਰ ਜੀ ਹੀ ਭੋਗ ਲਗਾਉਣਗੇ ਮੈਂ ਫੇਰ ਛਕਾਂਗਾ ਬੀਬੀ ਜੀ ਕਹਿਣ ਲੱਗੇ ਕਿ ਮੇਰਾ ਦਿਲ ਤਾਂ ਤਾਂ ਰਾਜੀ ਹੁੰਦਾ ਹੈ ਜੇਕਰ ਆਪ ਜੀ ਵੀ ਛਕੋ ਮਹਾਰਾਜ ਜੀ ਨੇ ਥੋੜੀ ਜਿਹੀ ਬਰਫੀ ਛਕ ਲਈ ਬੀਬੀ ਜੀ ਰਾਹ ਸ੍ਰੀ ਪੈਣੀ ਸਾਹਿਬ ਜੀ ਪੈਣੀ ਸਾਹਿਬ ਹੀ ਰਹੇ ਅਤੇ ਅਗਲੀ ਸਵੇਰ ਇਸ਼ਨਾਨ ਪਾਣੀ ਕਰਕੇ ਪ੍ਰਸ਼ਾਦਾ ਛਕ ਕੇ ਅਰਦਾਸ ਕਰਕੇ ਅਮ੍ਰਿਤਸਰ ਹੋਲਾ ਵੇਖਣ ਲਈ ਚਾਲ ਪਈ ਮਾਨ ਵਿੱਚ ਦਰਸ਼ਨਾ ਦੀ ਬੜੀ ਤਾਂਗ ਸੀ ਨਾਲੇ ਇਹ ਵੀ ਖੁਸ਼ੀ ਸੀ ਕਿ ਮੇਰੇ ਪਿਆਰੇ ਸਾਰਗੁਰ ਜੀ ਮੇਰੀਆਂ ਬਣਾਈਆਂ ਹੋਈਆਂ ਮਠਿਆਈਆਂ ਚੱਕਣਗੇ ਉਹ ਸਫ਼ਰ ਕਰਕੇ ਮਸਤਾਨਗੜ ਪਹੁੰਚੀ ਅਤੇ ਸਾਰਗੁਰ ਜੀ ਦੇ ਦਰਸ਼ਨ ਕਰਕੇ ਚਰਨਾ ਤੇ ਨਮਸਕਾਰ ਕੀਤੀ ਸਾਰਗੁਰ ਜੀ ਨੂੰ ਪਤਾ ਸੀ ਕਿ ਮਸਤਾਨੀ ਸਾਡੇ ਚੱਕਣ ਵਾਸਤੇ ਜ਼ਰੂਰ ਕੁਝ ਲਿਆਈ ਹੋਵੇਗੀ ਉਹਨਾਂ ਨੇ ਉਹ ਪੇਟੀ ਵੀ ਵੇਖ ਲਈ ਸੀ ਬੀਬੀ ਜੀ ਨੂੰ ਰਹਿਣ ਵਾਸਤੇ ਇੱਕ ਕਮਰਾ ਮਿਲ ਗਿਆ ਉਸ ਦੇ ਵਿੱਚ ਇੱਕ ਕਲਮਾਰੀ ਵੀ ਸੀ ਉਹਨਾਂ ਨੇ ਉਹ ਪੇਟੀ ਅਲਮਾਰੀ ਵਿੱਚ ਰੱਖ ਕੇ ਜੰਦਰਾ ਮਾਰਿਆ ਅਤੇ ਕਮਰੇ ਨੂੰ ਵੀ ਜੰਦਰਾ ਮਾਰ ਕੇ ਮਾਤਾ ਜੀ ਅੱਗੇ ਅਰਜ ਕੀਤੀ ਕਿ ਮਾਤਾ ਜੀ ਮੈਂ ਸਾਧਗੁਰ ਜੀ ਵਾਸਤੇ ਸੋਦੀ ਮਠਿਆਈ ਬਣਾ ਕੇ ਲਿਆਈ ਹਾਂ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਜਲਪਾਣੀ ਚਖਣਗੇ ਮੈਨੂੰ ਦੱਸਣਾ ਮੈਂ ਉਹ ਮਠਿਆਈ ਸੱਚੇ ਪਾਤਸ਼ਾਹ ਜੀ ਨੂੰ ਦਿਆਂਗੀ ਇਸ ਤੋਂ ਬਾਅਦ ਉਹ ਦੀਵਾਨ ਵਿੱਚ ਚਲੇ ਗਏ ਸੱਚੇ ਪਾਤਸ਼ਾਹ ਜੀ ਵੀ ਦੀਵਾਨ ਤੇ ਚਲੇ ਗਏ ਦੀਵਾਨ ਦਾ ਭੋਗ ਪੈਣ ਤੇ ਸੱਚੇ ਪਾਤਸ਼ਾਹ ਜੀ ਝਟਪਟ ਵੱਡੇ ਠਾਕੁਰ ਜੀ ਨੂੰ ਨਾਲ ਲੈ ਕੇ ਕਾਰ ਤੇ ਬੈਠ ਕੇ ਮਸਤਾਨਗੜ ਪਹੁੰਚ ਗਏ ਉਹਨਾਂ ਨੇ ਠਾਕੁਰ ਜੀ ਨੂੰ ਬਾਹਰ ਪੈਰੇ ਤੇ ਖਿਲਾੜ ਦਿੱਤਾ ਕਿ ਵੇਖੀ ਕਿਦਰੇ ਮਸਤਾਨੀ ਨਾ ਪਹੁੰਚ ਜਾਵੇ ਅਤੇ ਆਪ ਕਮਰੇ ਦਾ ਜੰਦਰਾ ਖੋਲ ਕੇ ਫਿਰ ਅਲਮਾਰੀ ਦਾ ਜੰਦਰਾ ਖੋਲ ਕੇ ਪੇਟੀ ਗੱਡੀ ਪੇਟੀ ਦਾ ਜੰਦਰਾ ਵੀ ਖੋਲਿਆ ਅਤੇ ਚਾਰੇ ਖਾਨਿਆਂ ਵਿੱਚੋਂ ਮਠਿਆਈ ਕੱਢ ਕੇ ਇੱਕ ਖਾਨੇ ਵਿੱਚ ਕੇਲਾ ਇੱਕ ਵਿੱਚ ਸੰਤਰਾ ਇੱਕ ਵਿੱਚ ਅੰਬਰੂਤ ਅਤੇ ਇੱਕ ਵਿੱਚ ਸੇਬ ਰੱਖ ਕੇ ਪੇਟੀ ਨੂੰ ਜੰਦਰਾ ਮਾਰ ਦਿੱਤਾ। ਅਲਮਾਰੀ ਨੂੰ ਅਤੇ ਕਮਰੇ ਨੂੰ ਵੀ ਉਸੇ ਤਰ੍ਹਾਂ ਜੰਦਰਾ ਮਾਰ ਦਿੱਤਾ। ਇੰਨੇ ਚਿਰ ਨੂੰ ਬੀਬੀ ਜੀ ਵੀ ਪਹੁੰਚ ਗਏ ਸਨ। ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਛੇਤੀ ਨਾਲ ਮਠਿਆਈ ਲੈ ਕੇ ਆਓ। ਸੱਚੀ ਬਾਸ਼ਾ ਜੀ ਜਲਪਾਣੀ ਚੱਕਣ ਲੱਗੇ ਹਨ। ਬੀਬੀ ਜੀ ਨੇ ਬੜੀ ਖੁਸ਼ੀ-ਖੁਸ਼ੀ ਅਲਮਾਰੀ ਦਾ ਜੰਦਰਾ ਖੋਲਿਆ ਉਸ ਵਿੱਚੋਂ ਪੇਟੀ ਕੱਢ ਕੇ ਉਸ ਦਾ ਵੀ ਜੰਦਰਾ ਖੋਲਿਆ ਤਾਂ ਕਿ ਤਾਂ ਕੀ ਵੇਖਿਆ ਕਿ ਪੇਟੀ ਵਿੱਚ ਮਠਿਆਈ ਦੀ ਜਗ੍ਹਾ ਤੇ ਫਲ ਪਏ ਹੋਏ ਹਨ ਉਹ ਗੁੱਸੇ ਦੇ ਨਾਲ-ਨਾਲ ਪੀਲੇ ਹੋਏ ਅਤੇ ਗੁੱਸੇ ਵਿੱਚ ਹੀ ਸੱਚੇ ਪਾਸ਼ਾ ਜੀ ਕੋਲ ਗਏ ਕਿ ਪਤਾ ਨਹੀਂ ਕਿਹੜਾ ਚੋਰ ਮੇਰੀ ਮਠਿਆਈ ਕਾਢ ਕੇ ਲੈ ਗਿਆ ਹੈ ਅਤੇ ਮਠਿਆਈ ਦੀ ਜਗ੍ਹਾ ਫਲ ਪਾ ਗਿਆ ਹੈ ਮੈਨੂੰ ਦੱਸੋ ਮੇਰਾ ਚੋਰ ਕੌਣ ਹੈ ਮੈਂ ਉਸ ਨੂੰ ਛੋਟੀਆਂ ਦੇ ਨਾਲ ਘੁੱਟਣਾ ਹੈ ਸੱਚੇ ਬਾਸ਼ਾ ਜੀ ਕਹਿਣ ਲੱਗੇ ਕਿ ਮੈਨੂੰ ਕੀ ਪਤਾ ਤੇਰਾ ਚੋਰ ਕੌਣ ਹੈ ਤੈਨੂੰ ਗਲਤੀ ਲੱਗੀ ਹੈ ਤੂੰ ਮਠਿਆਈ ਨਹੀਂ ਲਿਆਈ ਸਗੋਂ ਫਾਲੇ ਲਿਆਈ ਹੈ ਬੀਬੀ ਜੀ ਨੂੰ ਹੋਰ ਗੁੱਸਾ ਚੜਿਆ ਐਨੇ ਨੂੰ ਮਹਾਰਾਜ ਵੀਰ ਸਿੰਘ ਜੀ ਵੀ ਉੱਥੇ ਪਹੁੰਚ ਗਏ ਬੀਬੀ ਜੀ ਕਹਿਣ ਲੱਗੇ ਕਿ ਬੇਸ਼ੱਕ ਮਹਾਰਾਜ ਜੀ ਨੂੰ ਪੁੱਛ ਲਵੋ ਮੈਂ ਮਠਿਆਈ ਲੈ ਕੇ ਆਈ ਹਾਂ ਸਾਗੁਰ ਜੀ ਕਹਿਣ ਲੱਗੇ ਕਿ ਜਿਹੜਾ ਪਹਿਲਾਂ ਹੀ ਵੱਡੀ ਖਾ ਚੁੱਕਾ ਹੋਵੇ ਮੈਂ ਉਸ ਦਾ ਇਤਬਾਰ ਨਹੀਂ ਕਰਦਾ ਮਾਤਾ ਜੀ ਕਹਿਣ ਲੱਗੇ ਕਿ ਮਸਤਾਨੀ ਤੇਨੂੰ ਪਤਾ ਹੈ ਗੋਕੁਲ ਵਿੱਚ ਮੱਖਣ ਚੋਰੀ ਕਰਕੇ ਖਾਂਦੇ ਰਹੇ ਹਨ ਹੋ ਸਕਦਾ ਹੈ ਕਿ ਤੇਰੀ ਮਠਿਆਈ ਵੀ ਕੱਢ ਕੇ ਖਾ ਗਏ ਹੁਣ ਮਹਾਰਾਜ ਜੀ ਦੀ ਵੱਡੀ ਖਾਣ ਵਾਲੀ ਗੱਲ ਅਤੇ ਮਾਤਾ ਜੀ ਦੀ ਮੱਖਣ ਚੋਰੀ ਕਰਕੇ ਖਾਣ ਵਾਲੀ ਗੱਲ ਸੁਣ ਕੇ ਬੀਬੀ ਜੀ ਨੂੰ ਪਤਾ ਲੱਗ ਗਿਆ ਕਿ ਮਠਿਆਈ ਸੱਚੇ ਪਾਸਾ ਜੀ ਨਹੀਂ ਗੱਡੀ ਹੈ ਸਾਗੁਰ ਜੀ ਮਾਤਾ ਜੀ ਦੀ ਗੱਲ ਸੁਣ ਕੇ ਕਹਿਣ ਲੱਗੇ ਕੀ ਮਸਤਾਨੀਏ ਮੈਂ ਤੇਰੀ ਮਠਿਆਈ ਨਹੀਂ ਗੱਡੀ ਮੇਰੇ ਤੇ ਤੂੰ ਸ਼ੱਕ ਨਾ ਕਰੀ ਬੀਬੀ ਜੀ ਕਹਿਣ ਲੱਗੇ ਕਿ ਪਾਸ਼ਾ ਜੀ ਤੁਹਾਡੇ ਤੋਂ ਬਗੈਰ ਹੋਰ ਕੌਣ ਗਾੜ ਸਕਦਾ ਹੈ ਸੱਚੇ ਪਾਸ਼ਾ ਜੀ ਕਹਿਣ ਲੱਗੇ ਕਿ ਇਸ ਦਾ ਮਤਲਬ ਹੈ ਕਿ ਮੈਂ ਤੇਰਾ ਚੋਰ ਹਾਂ ਉਹ ਝਟਪਟ ਜਾ ਕੇ ਇੱਕ ਛੋਟੀ ਚੁੱਕ ਕੇ ਲਿਆਏ ਅਤੇ ਬੀਬੀ ਜੀ ਨੂੰ ਕਹਿਣ ਲੱਗੇ ਕਿ ਲੈ ਫੜ ਮੈਨੂੰ ਕੁੱਟ ਲੈ ਹੁਣ ਆਪਣਾ ਚੋਰ ਚੋਰ ਨੂੰ ਕੁੱਟਣ ਵਾਲਾ ਵਚਨ ਤੂੰ ਪੂਰਾ ਕਰ ਲੈ ਬੀਬੀ ਜੀ ਦੀਆਂ ਤੇ ਪੂਬਾਂ ਹੀ ਨਿਕਲ ਗਈਆਂ ਉਹ ਵੈਰਾਗੀ ਹੋ ਗਏ ਫਿਰ ਉਹ ਮਠਿਆਈ ਸਾਗੁਰ ਜੀ ਨੇ ਅਤੇ ਹੋਰ ਸ਼ਰੀਰਾਂ ਨੇ ਬੀਬੀ ਜੀ ਦੇ ਸਾਹਮਣੇ ਹੀ ਚੱਕੀ ਬੀਬੀ ਜੀ ਤਾਂ ਤਾਂਤਾਨ ਹੋ ਗਏ ਸਾਗੁਰ ਜੀ ਨੇ ਉਹਨਾਂ ਨੂੰ ਬੜੀਆਂ ਹੀ ਖੁਸ਼ੀਆਂ ਬਖਸ਼ੀਆਂ ਇਹ ਹਨ ਚੋਜ ਜੀ ਪ੍ਰੀਤਨ ਦੇ ਆਪਣੇ ਪਿਆਰਿਆਂ ਨਾਲ ਚੋਜ ਬਿਆੰਤ 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 ਕੋ ਕਰੰਤ ਪਾਠ ਪੇਖੀ ਹੈ ਬਿਆੰਤ ਪਾਸ਼ਾ ਜੀ ਆਪਣੇ ਪਿਆਰਿਆਂ ਨੂੰ ਸੁਖ ਦੇਣ ਲਈ ਉਹਨਾਂ ਨਾਲ ਕਈ ਤਰ੍ਹਾਂ ਦੇ ਚੋਜ ਕਰਦੇ ਹਨ ਧਨ ਹਨ ਸੁਖਾਂ ਦੇ ਦਾਤੇ ਦੀਨਾਨਾਂ ਅਨਾਥਾਂ ਦੇ ਸਖਾ ਗਰੀਬ ਨਿਵਾਜ ਗੋਬਿੰਦ ਰੂਪ ਵਿੱਚ ਸੱਚੇ ਪਾਤਸ਼ਾਹ ਸਗੁਰ ਜਗਜੀਤ ਸਿੰਘ ਜੀ ਸਾਡੀ ਉਹਨਾਂ ਦੇ ਚਰਨਾਂ 'ਤੇ ਕੋਟੀ ਕੋਟੀ ਨਮਸਕਾਰ ਹੈ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ